ਕੌੜੀ ਕੌੜੀ ਬਿਕੇ ਹੋਏ ਲੋਕ। ਲੇਕਿਨ ਰਾਜਾ ਵੜਿੰਗ ਹੈ, ਉਸਕਾ ਦਿਲ ਬਹੁਤ ਬੜਾ ਹੈ, ਵਿਅਕਤੀ ਛੋਟਾ ਹੋ ਸਕਤਾ ਹੂੰ। ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ। ਕਈ ਲੋਕ ਕੱਦ ਵੱਡਾ ਹੈ, ਉਹਨਾਂ ਦੇ ਦਿਲ ਬੜੇ ਛੋਟੇ ਹੈ। ਅਰੇ ਬਰਗਦ ਕੀ ਬਾਤ ਕਰਤੇ ਹੈ, ਗਮਲੋਂ ਮੇਂ ਉਗੇ ਹੋਏ ਲੋਕ। ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ਤੇ ਚੜਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖਿਲਾਫ ਗਾਲਾਂ ਕਢਾਏ, ਉਹਦੇ ਤੇ ਬਿਲਕੁਲ ਇਤਰਾਜ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਇੱਕ ਵਾਰ ਫਿਰ ਤੋਂ ਆਹਮੋ ਸਾਹਮਣੇ ਹੋ ਗਏ ਨੇ। ਦੋਵਾਂ ਵਿਚਾਲੇ ਤਕਰਾਰ ਖਤਮ ਹੋਣ ਦੀ ਬਜਾਏ ਵਧਦੀ ਨਜ਼ਰ ਆ ਰਹੀ ਹੈ। ਦੋਵਾਂ ਲੀਡਰਾਂ ਦੇ ਵੱਲੋਂ ਲਗਾਤਾਰ ਇੱਕ ਦੂਸਰੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ। ਇਸੇ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਤੋਂ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਰਾਜਾ ਵੜਿੰਗ ਤੇ ਤੰਚ ਕਸੇ ਨੇ। ਦੱਸਦੇ ਕਿ ਅੱਜ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਦੇ ਵੱਲੋਂ ਨਵਜੋਤ ਸਿੱਧੂ ਨੂੰ ਤਲਬ ਕੀਤਾ ਹੋਇਆ ਹੈ। ਇਸੇ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਕੌੜੀ ਕੌੜੀ ਬਿਕੇ ਹੋਏ ਲੋਕ ਵਾਲਾ ਸ਼ੇਅਰ ਬੋਲ ਕੇ ਰਾਜਾ ਵੜਿੰਗ ਤੇ ਸ਼ਬਦੀ ਹਮਲਾ ਬੋਲਿਆ। ਕੌੜੀ ਕੌੜੀ ਬਿਕੇ ਹੋਏ ਲੋਕ, ਸਮਝੌਤਾ ਕਰਕੇ ਘੁਟਨੋਂ ਪੇ ਟਿਕੇ ਹੋਏ ਲੋਕ। ਅਰੇ ਬਰਗਦ ਕੀ ਬਾਤ ਕਰਤੇ ਹੈ, ਗਮਲੋਂ ਮੇਂ ਉਗੇ ਹੋਏ ਲੋਕ। ਉਧਰ ਰਾਜਾ ਵੜਿੰਗ ਨੇ ਬੀਤੇ ਦਿਨ ਕਿਹਾ ਸੀ ਕਿ ਮੇਰਾ ਕੱਦ ਭਾਵੇਂ ਛੋਟਾ ਹੋਵੇ ਪਰ ਮੇਰਾ ਦਿਲ ਬਹੁਤ ਵੱਡਾ ਹੈ, ਮੈਂ ਕਿਸੇ ਤੋਂ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ ਹਾਂ। ਇਸੇ ਦੌਰਾਨ ਰਾਜਾ ਵੜਿੰਗ ਨੇ ਵੀ ਤੰਜ ਕਸਦੇ ਹੋਏ ਨਵਜੋਤ ਸਿੱਧੂ ਬਾਰੇ ਬੋਲਿਆ ਕਿ ਕਈ ਲੋਕ ਅਜਿਹੇ ਨੇ ਕਿ ਜਿਨ੍ਹਾਂ ਦਾ ਕੱਦ ਵੱਡਾ ਹੈ ਪਰ ਉਹਨਾਂ ਦੇ ਦਿਲ ਬੜੇ ਛੋਟੇ ਨੇ, ਉਹਨਾਂ ਨੂੰ ਘਬਰਾਹਟ ਵੀ ਜਲਦੀ ਹੋ ਜਾਂਦੀ ਹੈ। ਲੇਕਿਨ ਰਾਜਾ ਵੜਿੰਗ ਹੈ, ਉਸਕਾ ਦਿਲ ਬਹੁਤ ਬੜਾ ਹੈ, ਵਿਅਕਤੀ ਛੋਟਾ ਹੋ ਸਕਤਾ ਹੂੰ, ਵਿਅਕਤੀ ਛੋਟਾ ਹੋ ਸਕਤਾ ਹੂੰ ਲੇਕਿਨ ਦਿਲ ਬੜਾ ਵੱਡਾ ਹੈ। ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ, ਵੈਸੇ ਤਾਂ ਇਹ ਗਲਤ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ, ਪਰ ਮੈਂ ਕਹਿੰਦਾ ਕਿ ਮੈਨੂੰ ਕਿਸੇ ਤੋਂ ਇਨਸਿਕਿਉਰਿਟੀ ਨਹੀਂ ਹੈ। ਕਈ ਲੋਕ ਕੱਦ ਵੱਡਾ ਹੈ, ਉਹਨਾਂ ਦੇ ਦਿਲ ਬੜੇ ਛੋਟੇ ਹੈ, ਉਹਨਾਂ ਨੂੰ ਘਬਰਾਹਟ ਹੋ ਜਾਂਦੀ ਹੈ ਜਲਦੀ। ਲੇਕਿਨ ਮੈਂ ਫਿਰ ਵੀ ਕਹਿੰਦਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੇ ਕੋਈ ਕੰਮ ਕਰੇ ਤਾਂ ਕੋਈ ਇਤਰਾਜ਼ ਨਹੀਂ, ਲੇਕਿਨ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ਤੇ ਚੜਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖਿਲਾਫ ਗਾਲਾਂ ਕਢਾਏ, ਉਹਦੇ ਤੇ ਬਿਲਕੁਲ ਇਤਰਾਜ਼ ਹੈ। ਪਰ ਅਗਰ ਐਸਾ ਹੋਏਗਾ ਕਾਂਗਰਸ ਹਾਈਕਮਾਨ ਦੇ ਲਈ ਵੱਡੀ ਮੁਸ਼ਕਲ ਜ਼ਰੂਰ ਬਣ ਸਕਦਾ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।